हेलो स्टूडेंट्स वेलकम बैक टू माय YouTube चैनल सो इस वीडियो ਦੇ ਵਿੱਚ ਮੈਂ ਦੱਸਾਂਗੀ ਕਿ ਤੁਸੀਂ ਆਪ ਦਾ ਮੈਰੀਟੋਰੀਅ ਸਕੂਲ ਦਾ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨਾ ਹੈ ਤੁਸੀਂ ਜਸਟ ਟਾਈਪ ਕਰਨਾ ਹੈ ਆਪਦੇ ਬ੍ਰਾਊਜ਼ਰ ਦੇ ਵਿੱਚ ਮੈਰੀਟੋਰੀਅ ਸਕੂਲ ਐਡਮਿਟ ਕਾਰਡ 2023-24 ਐਦਾਂ ਤੁਸੀਂ ਕਰੋਗੇ ਤਾਂ ਇਹ ਇੰਟਰਫੇਸ ਤੁਹਾਡੇ ਕੋਲ ਆਏਗਾ ਇਹਦੇ ਵਿੱਚ ਤੁਸੀਂ ਥੱਲੇ ਜਿਹੜਾ ਸੋਸਾਇਟੀ ਫॉर ਪਰਮਿਸ਼ਨ ਆਫ ਕੁਆਲਿਟੀ ਹੈ ਪ੍ਰੋਮੋਸ਼ਨ ਆਫ ਕੁਆਲਿਟੀ ਉਹਦੇ ਵਿੱਚ ਜਾਓਗੇ ਉਹਦੇ ਵਿੱਚ ਤੁਸੀਂ ਐਡਮਿਸ਼ਨ ਇਨ ਮੈਰੀਟੋਰੀਅ ਸਕੂਲਸ ਜਿਹੜਾ ਹੈ ਉਹਦਾ ਟਾਈਪ ਕਰੋਗੇ ਇਹ ਇੰਟਰਫੇਸ ਜਿਹੜਾ ਤੁਹਾਡੇ ਕੋਲ ਓਪਨ ਹੋਏਗਾ ਇਸ ਇੰਟਰਫੇਸ ਨੂੰ ਮੈਂ ਦਿਖਾ ਦਿੰਨੀ ਆ ਜ਼ੂਮ ਕਰਕੇ ਵੀ ਕੀ ਆ ਤੇ ਇਹਦੇ ਲਿਖਿਆ ਆ ਰਿਹਾ ਤਾਂ ਜ਼ੂਮ ਕਰਕੇ ਤੁਹਾਨੂੰ ਦੋ ਚੀਜ਼ ਦਿਖ ਰਹੀ ਹੈ ਡਾਊਨਲੋਡ ਐਡਮਿਟ ਕਾਰਡ ਫੋਰ 11th ਨੋਨ ਪੀਐਸਬੀ ਬੀ ਯਾਨੀ ਕਿ 11ਵੀਂ ਕਲਾਸ ਦਾ ਐਡਮਿਸ਼ਨ ਲੈਣ ਵਾਲੇ ਉਹ ਬੱਚੇ ਜਿਨ੍ਹਾਂ ਨੇ ਪੀਐਸਸੀਬੀ ਤੋਂ ਨਹੀਂ ਕੀਤੀ ਤੇ ਪੀਐਸਸੀਬੀ ਵਾਲਿਆਂ ਦਾ ਥੱਲੇ ਦਿੱਤਾ 9ਵੀਂ ਤੋਂ 11ਵੀਂ ਉਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਆਪਸ਼ਨ ਆਏਗੀ ਆਧਾਰ ਕਾਰਡ ਨੰਬਰ ਯਾਨੀ ਕਿ ਤੁਸੀਂ ਆਪਦਾ ਆਧਾਰ ਕਾਰਡ ਨੰਬਰ ਐ ਤੇ ਫਿਲ ਕਰਨਾ ਕੋਈ ਰਜਿਸਟ੍ਰੇਸ਼ਨ ਨੰਬਰ ਫਿਲ ਨਹੀਂ ਕਰਨਾ ਕੋਈ 10ਵੀਂ ਦਾ ਰੋ ਸਿਰਫ ਆਪ ਦਾ ਹਾਰ ਕਾਰਡ ਅਥੇ ਪਾ ਦਿਓ ਤੁਹਾਡਾ ਐਡਮਿਟ ਕਾਰਡ ਜਿਹੜਾ ਉਹ ਡਾਊਨਲੋਡ ਹੋ ਜਾਏਗਾ ਮੈਂ ਹੁਨੇ ਹੁਨੇ ਇੱਕ ਸਟੂਡੈਂਟ ਦਾ ਕਰਕੇ ਦਿੱਤਾ ਹੈ ਪਲੀਜ਼ ਉਹ ਸਟੂਡੈਂਟ ਜੇਕਰ ਵੀਡੀਓ ਦੇਖ ਰਿਹਾ ਤਾਂ ਪਲੀਜ਼ ਕਮੈਂਟ ਕਰਕੇ ਦੱਸ ਦਿਓ ਵੀ ਡਾਊਨਲੋਡ ਹੁੰਦੀ ਹੈ ਠੀਕ ਹੈ ਇਹ ਮੈਥਡ ਨੂੰ ਯੂਜ਼ ਕਰਕੇ ਤੁਸੀਂ ਆਪ ਦਾ ਐਡਮਿਟ ਕਾਰਡ ਜਿਹੜਾ ਉਹ ਡਾਊਨਲੋਡ ਕਰ ਲਓ ਜਾਂ ਸਿੱਧੇ ਮੈਰੀਟੋਰੀਅ ਸਕੂਲ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ